ਫਿਲਮਾਂ ਦੇ ਵਿੱਚ ਬਹੁਤ ਕਹਾਣੀਆਂ ਤੁਸੀਂ ਸੁਣੀਆਂ ਹੋਣਗੀਆਂ ਕਿ ਜਦੋਂ ਪਿਓ ਪੁੱਤ ਵਿਛੜ ਜਾਂਦੇ ਨੇ ਤਾਂ ਬਹੁਤ ਮੁਸ਼ਕਲ ਮਿਲਦੇ ਨੇ। ਇਹ ਕਹਾਣੀ ਹੁਣ ਸੱਚੀ ਹੁੰਦੀ ਨਜ਼ਰ ਆ ਰਹੀ ਹੈ। ਅੰਮ੍ਰਿਤਸਰ ਗੁਰੂ ਨਗਰੀ ਦੇ ਰਹਿਣ ਵਾਲੇ ਨੌਜਵਾਨ ਦੀ ਇਹ ਕਹਾਣੀ ਆ ਜੋ ਕਿ 19 ਸਾਲ ਦੀ ਉਮਰ ਦੇ ਵਿੱਚ ਵਿਦੇਸ਼ ਚੱਲ ਜਾਂਦਾ ਅਤੇ ਵਿਦੇਸ਼ ਜਾਂਦੇ ਜਾਂਦੇ ਜਾਜਦ ਵਿੱਚ ਪਿਆਰ ਹੋ ਜਾਂਦਾ। ਇਹ ਪਿਆਰ ਇੰਨਾ ਗੂੜਾ ਹੋ ਜਾਂਦਾ ਕਿ ਜਪਾਨ ਚੱਲ ਜਾਂਦਾ ਅਤੇ ਉਸ ਤੋਂ ਬਾਅਦ 19 ਸਾਲ ਬਾਅਦ ਫਿਰ ਕਹਾਣੀ ਸੱਚੀ ਹੁੰਦੀ ਨਜ਼ਰ ਆ ਰਹੀ ਹੈ। ਕਹਿ ਸਕਦੇ ਹਾਂ ਰੱਖੜੀ ਦੇ ਦਿਨ ਉਹ ਭਰਾ ਉਸ ਭੈਣ ਕੋਲ ਪਹੁੰਚ ਗਿਆ ਜਿਹੜੀ ਕਿ ਲੰਬੇ ਅਰਸੇ ਤੋਂ ਇੰਤਜ਼ਾਰ ਕਰਦੀ ਪਈ ਸੀ, ਕਿਉਂਕਿ ਲੋਕ ਬਹੁਤ ਕਹਿੰਦੇ ਸੀ ਤੇਰਾ ਭਰਾ ਨਹੀਂ ਆ, ਪਰ ਰੱਖੜੀ ਵਾਲੇ ਦਿਨ ਇਹ ਕ੍ਰਿਸ਼ਮਾ ਹੋ ਗਿਆ। ਗੱਲਬਾਤ ਪਰਿਵਾਰਕ ਮੈਂਬਰ ਵੀ ਸਾਡੇ ਨਾਲ ਦੇ ਸਕਦੇ ਹੋ। ਪੁਰਾਣੀਆਂ ਫੋਟੋਆਂ ਆਪਣੇ ਫਾਦਰ ਦੀਆਂ ਦੇਖ ਰਹੀ ਹੈ ਬੇਟੀ ਅਤੇ ਨਾਲ ਉਹਨਾਂ ਦੀ ਧਰਮਪਤਨੀ ਹੈ, ਕਿਉਂਕਿ ਇੱਕ ਜਪਾਨ ਦੇ ਵਿੱਚ ਵਿਆਹ ਹੋਇਆ ਸੀ। 19 ਸਾਲ ਬਾਅਦ ਉਹਨਾਂ ਦਾ ਬੇਟਾ ਮਿਲਿਆ ਅਤੇ ਇੱਕ ਸੋਸ਼ਲ ਮੀਡੀਆ ਦੇ ਉੱਪਰ ਵੀਡੀਓ ਬੜੀ ਤੇਜ਼ੀ ਦੇ ਨਾਲ ਵਾਇਰਲ ਹੁੰਦੀ ਆ। ਭਾਵੇਂ ਇੱਕ ਔਰਤ ਵਾਸਤੇ ਬਹੁਤ ਮੁਸ਼ਕਲ ਹੁੰਦਾ ਕਿ ਉਹਦੇ ਘਰ ਵਾਲੇ ਦਾ ਦੂਜਾ ਵਿਆਹ ਨਾ ਹੋਵੇ, ਪਰ ਇਹ ਕਹਿ ਸਕਦੇ ਹਾਂ ਕਿ ਵਿਦੇਸ਼ ਦੇ ਵਿੱਚ ਗਿਆ ਸੀ ਅਤੇ 19 ਸਾਲ ਦੀ ਉਮਰ ਸੀ ਅਤੇ ਉੱਥੇ ਵਿਆਹ ਹੁੰਦਾ। ਗੱਲਬਾਤ ਕਰਾਂਗੇ ਉਹਨਾਂ ਦੀ ਧਰਮ ਪਤਨੀ ਦੇ ਨਾਲ ਜੋ ਕਿ ਪੰਜਾਬ ਦੇ ਵਿੱਚ ਰਹਿ ਰਹੀ, ਅੰਮ੍ਰਿਤਸਰ ਗੁਰੂ ਨਗਰੀ 'ਚ। ਮੈਮ ਸਭ ਤੋਂ ਪਹਿਲਾਂ ਆਪਣਾ ਨਾਮ ਦੱਸ ਕੇ। ਗੁਰਵਿੰਦਰ ਕੌਰ ਮੇਰਾ ਨਾਮ। ਕਿੰਨਾ ਚਿਰ ਹੋ ਗਿਆ ਵਿਆਹ ਨੂੰ? ਮੇਰਾ 13 ਸਾਲ ਹੋ ਗਏ, 2009 ਦੇ ਵਿੱਚ ਹੋਇਆ ਸੀ। 13 ਸਾਲ ਹੋ ਗਏ ਵਿਆਹ ਨੂੰ। 19 ਸਾਲ ਬਾਅਦ ਇੱਕ ਕਹਾਣੀ ਤੁਹਾਡੇ ਸਾਹਮਣੇ ਨਿਕਲਦੀ ਹੈ, ਇਸ ਕਹਾਣੀ ਬਾਰੇ ਤੁਹਾਨੂੰ ਪਤਾ ਸੀ? ਨਹੀਂ, ਬਿਲਕੁਲ ਪਤਾ ਨਹੀਂ। ਬੇਟੇ ਬਾਰੇ ਤਾਂ ਨਹੀਂ ਮੈਨੂੰ ਦੱਸਿਆ, ਮੈਰਿਜ ਬਾਰੇ ਦੱਸਿਆ ਸੀ। ਅਤੇ ਬੇਟੇ ਬਾਰੇ ਮੈਨੂੰ ਹੌਲੀ ਹੌਲੀ ਇਹ ਸਟ੍ਰੈਸ ਲੈਂਦੇ ਸੀ, ਟੈਨਸ਼ਨ ਲੈਂਦੇ ਸੀ ਦਿਮਾਗ 'ਤੇ, ਇੱਦਾਂ ਰਹਿਣਾ, ਇੰਨਾ ਟੈਨਸ਼ਨ 'ਚ ਰਹਿਣਾ। ਅਤੇ ਮੈਂ ਇਹਨਾਂ ਨੂੰ ਪੁੱਛਣਾ ਵੀ ਮੈਨੂੰ ਦੱਸੋ ਕੀ ਗੱਲ ਆ। ਫਿਰ ਇਹਨਾਂ ਨੇ ਹੌਲੀ ਹੌਲੀ ਮੈਨੂੰ ਦੱਸਿਆ ਕਿ ਮੇਰਾ ਇੱਕ ਜਪਾਨ 'ਚ ਬੇਟਾ ਸੀਗਾ, ਅਤੇ ਇਸ ਤਰ੍ਹਾਂ। ਫਿਰ ਮੈਨੂੰ ਪਤਾ ਲੱਗ ਗਿਆ, ਮੈਂ ਜ਼ਿਆਦਾ ਨਹੀਂ ਪੁੱਛਿਆ। ਫਿਰ ਮੈਂ ਉਸ ਦਿਨ ਤੋਂ ਇਹਨਾਂ ਦੇ ਨਾਲ ਇਹ ਗੱਲ ਕਰਨੀ ਵੀ ਤੁਸੀਂ ਫੋਨ ਦੇ ਉੱਤੋਂ ਕਿਸ ਤਰੀਕੇ ਦਾ ਨਾ ਆਈਡੀ ਉਹਦੀ ਲੱਭੋ ਉਹਨੂੰ ਇੰਸਟਾ 'ਤੇ, ਉਹ ਫੇਸਬੁੱਕ ਤੋਂ ਕੋਸ਼ਿਸ਼ਾਂ ਕੀਤੀਆਂ, ਪਰ ਇਹ ਉਮੀਦ ਨਹੀਂ ਸੀ ਕਿ ਮਤਲਬ ਕਿ ਇਹ ਵਾਪਸ ਆਊਗਾ। ਪਰ ਇੱਕ ਰੱਖੜੀ ਵਾਲੇ ਦਿਨ ਅਚਾਨਕ ਇਸ ਤਰ੍ਹਾਂ ਦਾ ਚਮਤਕਾਰ ਹੋਇਆ ਕਿ ਇਹ ਬੇਟਾ ਸਾਡੇ ਕੋਲ ਆਇਆ ਅਤੇ ਸਾਨੂੰ ਬਹੁਤ ਖੁਸ਼ੀ ਹੋਈ। ਅਤੇ ਟੈਨਸ਼ਨ 'ਚ ਬਹੁਤ ਰਹਿੰਦੇ ਸੀ ਘਰ ਦੇ ਵਿੱਚ, ਮਤਲਬ ਮੇਰੇ ਕੁਛ ਪਾਇਆ ਸੀ ਨਾ ਇਹਨਾਂ ਨੇ ਕਿ ਬੇਟਾ ਨਹੀਂ ਆ, ਪਰ ਜਦੋਂ ਹੁਣ ਪਤਾ ਲੱਗਾ ਮੈਨੂੰ ਕਿ ਬੇਟਾ ਆ, ਇਹਨਾਂ ਬੇਟੇ ਨੂੰ ਛੱਡਿਆ ਸੀ ਅਤੇ ਬੇਟੇ ਤੋਂ ਅਲੱਗ ਰਹਿ ਕੇ, ਤੁਹਾਨੂੰ ਪਤਾ ਹੀ ਫਿਰ ਟੈਨਸ਼ਨ ਤਾਂ ਹੋਊਗੀ। ਇੱਕ ਇੰਨੀ ਛੋਟੀ ਏਜ ਦੇ ਵਿੱਚ ਪਿਓ ਜਿਹੜਾ ਵਾ ਆਪਣੇ ਬੱਚੇ ਨੂੰ ਛੱਡ ਕੇ ਅਲੱਗ ਹੋਇਆ, ਅਤੇ ਟੈਨਸ਼ਨ ਤਾਂ ਹੋਊਗੀ ਉਹਨਾਂ ਨੂੰ। ਪਰ ਮੈਂ ਇਹਨਾਂ ਦੀ ਫੀਲਿੰਗ ਨੂੰ ਸਮਝਿਆ ਅਤੇ ਮੈਂ ਕਿਹਾ ਕਿ ਤੁਸੀਂ ਕੋਸ਼ਿਸ਼ ਕਰੋ ਕਿ ਆਪਾਂ ਇਹਨਾਂ ਨੂੰ ਲੱਭੀਏ। ਪਰ ਸਾਡੀ ਕੋਸ਼ਿਸ਼ ਦੇ ਨਾਲ ਕੁਛ ਨਹੀਂ ਹੋਇਆ, ਅਚਾਨਕ ਹੋਇਆ ਰੱਖੜੀ ਵਾਲੇ ਦਿਨ ਇਹ ਬੱਚਾ ਸਾਡੇ ਕੋਲ ਆਇਆ। ਪਰ ਫਿਲਮਾਂ ਦੇ ਵਿੱਚ ਅਸੀਂ ਬਹੁਤ ਵੇਖਿਆ ਪ੍ਰੇਮ ਦੀਆਂ ਕਹਾਣੀਆਂ, ਉਹ ਕਹਾਣੀ ਸੱਚੀ ਹੁੰਦੀ ਨਜ਼ਰ ਆਈ, ਉਹ ਕਹਿੰਦੇ ਜਹਾਜ਼ ਦੇ ਵਿੱਚ ਪਿਆਰ ਹੋ ਗਿਆ ਮੈਨੂੰ ਜਪਾਨ ਦੀ ਲੜਕੀ ਦੇ ਨਾਲ। ਹਾਂਜੀ ਹਾਂਜੀ। ਪੁੱਛ ਰਹੀ ਹੋ ਕਿ 19 ਸਾਲ ਬਾਅਦ ਬੱਚਾ ਮਿਲਿਆ, ਬੇਟਾ ਮਿਲਿਆ, ਉਹ ਬੱਚਾ ਚੱਲਿਆ ਵਾ ਕਹਿੰਦੇ ਵੀਜ਼ਾ ਘੱਟ ਇਸ ਕਰਕੇ। ਹਾਂ ਕਿ ਇੱਕ ਇਹਦੀ ਮਦਰ, ਇੱਕ ਮਦਰ ਜਿਹੜੀ ਆ ਕਿ ਉਹਨੂੰ ਵੀ ਇਹ ਫੀਲ ਹੋਊਗਾ ਕਿ ਮੇਰਾ ਬੱਚਾ ਮੇਰੇ ਕੋਲ ਰਹੇ। ਮੈਨੂੰ ਇਹਦੇ ਨਾਲ ਅਟੈਚਮੈਂਟ ਵੀ ਇਸ ਤਰ੍ਹਾਂ ਦੀ ਹੋ ਗਈ ਆ ਕਿ ਮੇਰੇ ਕੋਲ ਰਹੇ, ਅਤੇ ਇਹ ਸਭ ਕੁਛ ਹੁਣ ਥੋੜ੍ਹਾ ਔਖਾ ਜਿਹਾ, ਪਰ ਮੈਂ ਚਾਹੁੰਦੀ ਹਾਂ ਕਿ ਬੇਟਾ ਸਾਡੇ ਕੋਲ ਹੀ ਰਹੇ। ਉਹ ਕਹਿੰਦੇ 4-5 ਦਿਨ 'ਚ ਇੰਨਾ ਪ੍ਰੇਮ ਵੱਧ ਗਿਆ ਕਿ ਹੁਣ ਉਹਨੂੰ ਛੱਡਣ ਨੂੰ ਉਹਦਾ ਦਿਲ ਨਹੀਂ ਕਰਦਾ ਪਿਆ, ਪਰ ਉਹਦੀਆਂ ਭਾਵਨਾ ਕਿ ਵੀਜ਼ਾ ਕਹਿੰਦੇ ਥੋੜ੍ਹਾ ਵਧੀ। ਹਾਂਜੀ, ਵੀਜ਼ਾ ਥੋੜ੍ਹਾ ਆ, ਅਤੇ ਉਹ ਕਹਿੰਦਾ ਕਿ ਮੈਂ ਆਊਂਗਾ ਵਾਪਸ, ਪਰ ਸਾਨੂੰ ਹੁਣ ਤਾਂ ਬੜੀ ਖੁਸ਼ੀ ਆ, ਪਰ ਥੋੜ੍ਹਾ ਜਿਹਾ ਮਨ 'ਚ ਇਹ ਆ ਕਿ ਸਾਨੂੰ ਮਿਲਦਾ ਰਹੇ, ਬਸ ਮੈਨੂੰ ਇਹ ਆ ਕਿ ਮਿਲਦਾ ਰਹੇ ਸਾਨੂੰ। ਕਦੀ ਗੱਲ ਹੋਈ ਜਪਾਨ ਦੇ ਵਿੱਚ? ਮੇਰੇ ਨਾਲ ਨਹੀਂ ਹੋਈ, ਪਾਪਾ ਨੇ ਕੀਤੀ ਸੀ। ਮੈਂ ਇਹਨਾਂ ਨੂੰ ਕਿਹਾ ਕਿ ਕੋਈ ਨਹੀਂ ਤੁਸੀਂ ਕਰੋ ਗੱਲ, ਮੈਨੂੰ ਕੋਈ ਪ੍ਰੋਬਲਮ ਨਹੀਂ ਆ। ਅੰਦਰ ਤਾਂ ਮੈਨੂੰ
ਅੰਦਰ ਅੰਦਰ ਤੇ ਮੈਨੂੰ ਹੈਗਾ ਆ ਕਿ ਮੈਂ ਗੱਲ ਕਰਾਂ, ਨਹੀਂ ਨਹੀਂ ਮਤਲਬ ਕਿ ਇੱਕ ਤੁਸੀਂ ਸਮਝ ਸਕਦੇ ਹੋ ਕਿ ਤੇ ਲੇਡੀ ਨੂੰ ਕੀ ਪ੍ਰੋਬਲਮ ਹੁੰਦੀ ਹੈ, ਪਰ ਮੈਂ ਇਹਨਾਂ ਦੀ ਫੀਲਿੰਗ ਨੂੰ ਲੈ ਕੇ ਮੈਂ ਕਹਿੰਦੀ ਹਾਂ ਵੀ ਕੋਈ ਗੱਲ ਨਹੀਂ, ਤੁਸੀਂ ਉਹਦੀ ਮਦਰ ਆ, ਉਹਦੀ ਮਦਰ ਆ ਅਤੇ ਤੁਸੀਂ ਕੋਈ ਗੱਲ ਨਹੀਂ, ਤੁਸੀਂ ਗੱਲ ਕਰ ਸਕਦੇ ਹੋ, ਕਰੋ ਗੱਲ। ਤੇ ਬਹੁਤ ਔਖਾ ਹੁੰਦਾ ਕਿ ਮੇਰੀ ਜ਼ਿੰਦਗੀ ਜਿਹੜਾ ਮੇਰਾ ਘਰ ਵਾਲਾ ਉਹਦੀ ਜ਼ਿੰਦਗੀ 'ਚ ਕੋਈ ਹੋਵੇ ਨਾ, ਪਰ ਇਹ ਕਹਿ ਸਕਦੇ ਹਾਂ ਕਿ ਮਜਬੂਰੀ ਸੀ ਕਹਿੰਦੇ ਉਸ ਟਾਈਮ ਕੋਈ। ਹਾਂਜੀ ਇਹ ਨਹੀਂ, ਪਹਿਲਾਂ ਤਾਂ ਇਹਨਾਂ ਨੇ ਮੈਨੂੰ ਬੇਟੇ ਬਾਰੇ ਦੱਸਿਆ ਨਹੀਂ, ਉਦੋਂ ਮੈਂ ਇਹ ਸੋਚਿਆ ਕਿ ਬਾਹਰ ਸਾਰੇ ਮੈਰਿਜ ਸੈੱਟ ਹੋਣ ਕਰਕੇ ਕਰਾਉਂਦੇ ਹੀ ਆ, ਮੈਂ ਇਸ ਚੀਜ਼ ਨੂੰ ਨਹੀਂ ਜ਼ਿਆਦਾ ਲਿਆ, ਕੋਈ ਗੱਲ ਨਹੀਂ, ਮੈਂ ਕਿਹਾ ਬਾਹਰ ਕਰਵਾਇਆ ਕੋਈ ਨਹੀਂ, ਉਹ ਮੇਰੀ ਸਲਾਹ ਦੇ ਸਾਡੀ ਸਲਾਹ ਦੇ ਨਾਲ ਹੀ ਹੋਇਆ ਸਾਰਾ ਕੁਛ, ਵਿਆਹ ਦੇ ਵਿੱਚ ਕੋਈ ਇਸ ਤਰ੍ਹਾਂ, ਬਸ ਬੇਟੇ ਦਾ ਨਹੀਂ ਪਤਾ ਕਿ ਬੇਟਾ ਵੀ ਹੈਗਾ, ਪਰ ਬੇਟਾ ਹੁਣ ਮੈਨੂੰ ਇਸ ਤਰ੍ਹਾਂ ਨਹੀਂ ਲੱਗਦਾ ਕਿ ਬੇਟਾ ਇੰਨਾ ਮੈਨੂੰ ਨਹੀਂ ਦੱਸਿਆ, ਮੈਂ ਚਾਹੁੰਦੀ ਕਿ ਜੇ ਦੱਸਿਆ ਵੀ ਹੁੰਦਾ ਮੈਂ ਤਾਂ ਵੀ ਐਕਸੈਪਟ ਕਰ ਲੈਣਾ ਕਿ ਮੈਨੂੰ ਪਿਆਰ ਹੀ ਇੰਨਾ ਕਿ ਮੈਂ ਇਹਦੇ ਨਾਲ ਅਟੈਚ ਹੋ ਗਈ ਹਾਂ ਕਿ ਮੇਰਾ ਦਿਲ ਨਹੀਂ ਕਰਦਾ ਹੁਣ ਕਿ ਸਾਡੇ ਤੋਂ ਦੂਰ ਚਲੇ। ਕਹਿੰਦੇ ਕਿ ਰੱਖੜੀ ਤੇ ਐਡਾ ਵੱਡਾ ਤੋਹਫਾ ਰੱਬ ਨੇ ਦੇ ਤਾ ਬੇਟੀ ਨੂੰ, ਕਿਉਂਕਿ ਬੇਟੀ ਕਹਿੰਦੀ ਸੀ ਮੇਰਾ ਭਰਾ ਕੋਈ ਨਹੀਂ ਹੈਗਾ, ਚਾਚੇ ਤਾਇਆਂ ਤੇ ਜ਼ਰੂਰ ਹੈਗੇ, ਚਲੋ ਉਹ ਵੀ ਪਿਆਰ ਬੜਾ ਕਰਦੇ ਨੇ, ਪਰ ਸਕਾ ਭਰਾ ਨਹੀਂ ਸੀ। ਇਹਨੂੰ ਨਹੀਂ ਪਤਾ ਸਕੇ ਦਾ ਇਦਾਂ ਕੀ ਮਿਲ ਗਿਆ, ਕਹਿੰਦੀ ਕਿ ਮੇਰਾ ਜਿਹੜਾ ਮੈਂ ਨਾਲ ਰਹਿੰਦੀ ਹੋਵਾਂ ਮੇਰਾ ਸਕਾ ਭਰਾ ਹੋਵੇ, ਰੀਅਲ ਬ੍ਰਦਰ ਹੋਵੇ ਮੇਰਾ, ਹਾਂਜੀ ਮੇਰੇ ਨਾਲ ਰਹਿੰਦਾ ਹੋਵੇ। ਤੇ ਬੇਟਾ ਕੀ ਨਾਮ? ਅਵਲੀਨ ਕੌਰ। ਕਹਿਣਾ ਚਾਹੋਗੇ ਬ੍ਰਦਰ ਆਇਆ ਜਾਪਾਨ ਚੋਂ, ਰੱਖੜੀ ਵਾਲੇ ਦਿਨ ਬਹੁਤ ਵੱਡਾ ਤੋਹਫਾ ਮਿਲਿਆ? ਹਾਂਜੀ ਮੈਨੂੰ ਬਹੁਤ ਖੁਸ਼ੀ ਹੋਈ ਸੀ ਕਿਉਂਕਿ ਮੇਰੇ ਉਹਦਾ ਕਜ਼ਨ ਵਗੈਰਾ ਵੀ ਹੈਗੇ ਆ, ਬਹੁਤ ਪਿਆਰ ਕਰਦੇ ਮੈਨੂੰ, ਪਰ ਹੁਣ ਮੇਰੇ ਨਾਲ ਰਹੂਗਾ ਹਮੇਸ਼ਾ ਅਤੇ ਮੈਂ ਗੱਲ ਕਰਦੀ ਰਹੂੰਗੀ। ਸਾਰੇ ਸਕੂਲ ਪੁੱਛਦੇ ਆ ਕਿ ਤੇਰਾ ਕੋਈ ਭਰਾ ਇੱਦਾਂ ਨਹੀਂ ਹੈਗਾ, ਫਿਰ ਮੈਂ ਹੁਣ ਕਹਿੰਦੀ ਹਾਂ ਹਾਂ ਹੈਗਾ ਵਾ, ਬਾਹਰ ਹੀ ਹੁਣ ਬਾਹਰੋਂ ਆਏ ਆ, ਹੋਰ ਵੀ ਇੱਦਾਂ ਹੀ ਸਾਰੇ ਕਹਿੰਦੇ ਆ ਕਿ ਅੱਛਾ ਤੈਨੂੰ ਹੁਣ ਤੇਰੇ ਨਾਲ ਕਿੱਦਾਂ ਅਟੈਚ ਹੋ ਗਿਆ, ਤੇਰੀ ਇੱਦਾਂ ਮਿਲ ਗਈ ਮਤਲਬ ਆਉਂਦੀ ਆ, ਵਧੀਆ ਲੱਗਦਾ ਤੈਨੂੰ? ਮੈਂ ਕਿਹਾ ਹਾਂਜੀ ਬਹੁਤ ਵਧੀਆ ਲੱਗਦਾ ਵਾ। ਹੋਰ ਸਮਝ ਲੱਗ ਜਾਂਦੀ ਫਿਰ ਲੈਂਗੁਏਜ? ਫਿਰ ਇੰਗਲਿਸ਼ ਹੀ ਬੋਲਦੇ, ਨਹੀਂ ਤੇ ਫੋਨ ਤੇ ਟ੍ਰਾਂਸਲੇਟ ਕਰ ਲਈਦਾ। ਹਾਂਜੀ ਰੱਖੜੀ ਵਾਲੇ ਦਿਨ ਤੇ ਮੈਂ ਬਹੁਤ ਖੁਸ਼, ਮੈਨੂੰ ਪਤਾ ਹੀ ਨਹੀਂ ਕਿ ਇੱਦਾਂ ਹੋ ਵੀ ਸਕਦਾ ਵਾ ਕੁਛ, ਮੈਂ ਇਮੈਜਿਨ ਹੀ ਨਹੀਂ ਕੀਤਾ ਸੀ, ਫਿਰ ਇੱਕਦਮ ਆਏ, ਫਿਰ ਮੈਂ ਰੱਖੜੀ ਬੰਦੀ, ਉਹਨਾਂ ਨੂੰ ਵੀ ਨਹੀਂ ਪਤਾ ਸੀ, ਫਿਰ ਉਹ ਵੀ ਬਾਹਰ ਉਹਨਾਂ ਨੇ ਆਪਣੇ ਫਰੈਂਡਸ ਨੂੰ ਦੱਸਿਆ, ਫਿਰ ਉਹ ਵੀ ਬੜਾ ਖੁਸ਼ ਹੋਏ, ਉਹਨਾਂ ਦੇ ਫਰੈਂਡਸ ਵੀ ਇਮੋਸ਼ਨਲ ਹੋਏ, ਅਤੇ ਫਿਰ ਆਪ ਵੀ ਇਹਨਾਂ ਨੂੰ ਹੋਇਆ ਥੋੜ੍ਹਾ ਜਿਹਾ ਕਿ ਇੰਨਾ ਵੱਡਾ ਓਕੇਜ਼ਨ ਆ, ਮੈਂ ਆਇਆ ਆਪ ਖੁਦ, ਫਿਰ ਹੋਰ ਵੀ ਇੱਦਾਂ ਬਹੁਤ ਖੁਸ਼ੀ ਹੋਈ ਮੈਨੂੰ। ਮੰਮਾ ਨਾਲ ਗੱਲ ਹੋਈ ਤੁਹਾਡੀ ਉੱਤੇ? ਨਹੀਂ ਮੇਰੀ ਨਹੀਂ ਹੋਈ। ਕਰਨਾ ਚਾਹੋਗੇ ਵੈਸੇ ਗੱਲ? ਮੇਰੇ ਮੰਮਾ ਮੇਰੇ ਹੀ ਆ, ਹੋਰ ਨਹੀਂ। ਵੈਸੇ ਇਹ ਬੱਚਿਆਂ ਦੇ ਮਨ 'ਚ ਆਉਂਦੀ ਇੱਕ ਚੀਜ਼ ਕਿ ਕਿ ਵੈਸੇ ਤੁਸੀਂ ਉਹਨਾਂ ਨੂੰ ਮਿਲ ਚਾਹੋਗੇ ਵੈਸੇ? ਹਾਂ ਮੇਰਾ ਦਿਲ ਕਰਦਾ ਕਿ ਇਹ ਬੱਚੇ ਦੇ ਕਰਕੇ ਕੋਈ ਪ੍ਰੋਬਲਮ ਨਾ ਆਵੇ, ਜੇ ਇਹ ਚਾਹੁੰਦਾ ਆਪਣੀ ਮਦਰ ਨੂੰ ਲੈ ਕੇ ਆਉਣਾ ਜਾਂ ਮਿਲਾਉਣਾ, ਮੈਨੂੰ ਕੋਈ ਪ੍ਰੋਬਲਮ ਨਹੀਂ ਆ, ਉਹ ਮਿਲ ਸਕਦੇ, ਆਪਾਂ ਸਾਰੀ ਫੈਮਿਲੀ ਮਤਲਬ ਕਿ ਰਹਿ ਸਕਦੇ, ਖੁਸ਼ ਰਹਿ ਸਕਦੇ, ਇੱਕ ਦੂਜੇ ਨਾਲ ਮਿਲਣਾ ਚਾਹੁੰਦੇ, ਖੁਸ਼ ਰਹਿ ਸਕਦੇ। ਹਾਂਜੀ ਵੀਜ਼ਾ ਘੱਟ ਆ, ਇੱਕ ਦੋ ਦਿਨ 'ਚ ਕਹਿੰਦੇ ਜਾਣ ਵਾਲਾ ਵਾ? ਨਹੀਂ ਇੱਕ ਦੋ ਦਿਨ 'ਚ ਤਾਂ ਨਹੀਂ, ਮਤਲਬ ਅੱਗੇ ਫਿਊਚਰ ਬਾਰੇ ਸੋਚਿਆ ਵਾ ਵੀ ਮੇਰੀ ਸੋਚ ਇਹ ਆ ਕਿ ਆਪਾਂ ਮਿਲ ਸਕਦੇ, ਮੈਨੂੰ ਕੋਈ ਪ੍ਰੋਬਲਮ ਨਹੀਂ। ਦੋ ਤਿੰਨ ਦਿਨ ਹੋ ਗਏ ਤੁਹਾਡੇ ਕੋਲ ਰਹਿੰਦਾ ਪਿਆ ਵਾ, ਤੇ ਖਾਣਾ ਪੀਣਾ ਕੀ ਖਾਂਦਾ ਫਿਰ, ਕੀ ਸ਼ੌਂਕ ਹੈਗਾ ਕੋਈ? ਸ਼ੌਂਕ ਇਹਨੂੰ ਪੁੱਛਿਆ ਸੀ, ਮੈਨੂੰ ਇਹਦੀ ਬੋਲੀ ਤੇ ਨਹੀਂ ਪਤਾ ਲੱਗਦਾ, ਪਰ ਇਹ ਕਹਿੰਦਾ ਕਿ ਘਰ ਦਾ ਖਾਣਾ ਖਾ ਕੇ ਬੜਾ ਖੁਸ਼ ਆ, ਮੇਰੀ ਰੋਟੀ, ਮੇਰੀ ਪਰੌਂਠੀ, ਆਲੂ ਵਾਲੀ ਉਹ ਜੇ ਸਾਰਾ ਕੁਛ ਪਸੰਦ ਆ, ਮਤਲਬ ਖੁਸ਼ ਹੋ ਕੇ ਖਾਂਦਾ ਮੇਰੀ ਪੱਕੀ ਰੋਟੀ। ਹਾਂ ਬਹੁਤ ਜ਼ਿਆਦਾ, ਬਹੁਤ ਜ਼ਿਆਦਾ ਮਨ ਡੋਲਦਾ ਕਿ ਚਲ ਜਾਣਾ, ਬਹੁਤ ਜ਼ਿਆਦਾ ਮਾਂ ਦੀਆਂ ਭਾਵਨਾ ਨੇ ਤੇ ਇਹ ਬੇਟੀ ਆ, ਕਿਉਂਕਿ ਰੱਖੜੀ ਵਾਲੇ ਦਿਨ ਵੱਡਾ ਤੋਹਫਾ ਮਿਲਿਆ ਰੱਖੜੀ 'ਤੇ, ਉਹ ਉਸ ਤੋਂ ਬਾਅਦ ਅੱਖਾਂ ਨਮਨ ਹੋ ਗਈਆਂ, ਅੱਖਾਂ ਹੰਝੂ ਭਰ ਰਹੀਆਂ, ਕਿਉਂਕਿ ਵੀਜ਼ਾ ਥੋੜ੍ਹਾ ਵਾ ਅਤੇ ਹੁਣ ਬੱਚਾ ਵਾਪਸ ਜਾਪਾਨ ਜਾਵੇਗਾ। ਗੱਲਬਾਤ ਵੀ ਕਰਦੇ ਹਾਂ ਸੁਪਾਲ ਦੇ ਨਾਲ। ਇਹ ਪਿਓ ਪੁੱਤ ਦਾ ਪਿਆਰ, ਕਹਾਣੀਆਂ ਕਈ ਸੱਚ ਵੀ ਹੁੰਦੀਆਂ, ਉਹ ਅੱਜ ਹਕੀਕਤ ਪਤਾ ਲੱਗ ਗਿਆ। ਇਹ ਅੰਮ੍ਰਿਤਸਰ ਦੀ ਕਹਾਣੀ ਇੱਕ ਪਿਓ ਪੁੱਤ ਦੀ, 19 ਸਾਲ ਬਾਅਦ ਜਦੋਂ ਪੁੱਤ ਮਿਲਿਆ ਅਤੇ ਪਿਓ ਦੀਆਂ ਅੱਖਾਂ ਭਰ ਆਈਆਂ ਪੁੱਤ ਦੀਆਂ ਵੀ, ਭਾਵੇਂ ਦੂਜੇ ਫੈਮਿਲੀ ਨੂੰ ਲੈਂਗੁਏਜ ਨਹੀਂ ਪਤਾ ਲੱਗਦੀ, ਪਰ ਇਹ ਭਾਵਨਾ ਜਿਹੜੀਆਂ ਉਹ ਬੜਾ ਕੁਝ ਬਿਆਨ ਕਰਦੀਆਂ ਨੇ।
ਬਿਲਕੁਲ ਜੀ ਬਿਲਕੁਲ ਜੀ ਇਹ ਪੁਰਾਣੀਆਂ ਤਸਵੀਰਾਂ ਇੱਕ ਪਿਤਾ ਆਪਣੇ ਬੱਚੇ ਨੂੰ ਦਿਖਾਉਂਦਾ ਪਿਆ 19 ਸਾਲ ਬਾਅਦ ਪਿਆਰ ਮਿਲਿਆ ਕਹਾਣੀਆਂ ਫਿਲਮਾਂ 'ਚ ਵੇਖੀਆਂ ਹੋਣਗੀਆਂ ਗੇ ਪਰ ਇੱਕ ਹਕੀਕਤ ਜਿਹੜੀ ਸਾਹਮਣੇ ਆਈ ਆ ਅੰਮ੍ਰਿਤਸਰ ਗੁਰੂਨਗਰੀ ਤੋਂ ਇਹ ਪਿਆਰ ਵੀਡੀਓ ਬੜੀ ਤੇਜ਼ੀ ਦੇ ਨਾਲ ਵੱਲ ਹੋਈ ਗਲਫੇ ਜੱਫੀ ਪਾਉਂਦੇ ਹੋਏ ਅਤੇ ਹੁਣ ਇਹ ਪੁਰਾਣੀਆਂ ਜਿਹੜੀਆਂ ਸੁਖਪਾਲ ਸਿੰਘ ਦੀਆਂ ਫੋਟੋਆਂ ਨੇ ਉਸਦੀ ਪਹਿਲੀ ਵਾਈਫ ਦੀਆਂ ਅਤੇ ਆਪਣੇ ਬੱਚੇ ਦੇ ਨਾਲ ਗੱਲਬਾਤ ਕਰਦੇ ਹੋਏ ਬੱਚੇ ਨੂੰ ਸਮਝਾਉਂਦੇ ਹੋਏ ਪੰਜਾਬੀ ਕਲਚਰ ਬਾਰੇ ਵੀ ਦੱਸਿਆ ਬਿਲਕੁਲ ਇਹ ਪਿਆਰ ਇਹ ਦਿਖਦਾ ਹੈ 19 ਸਾਲ ਬਾਅਦ ਪਿਆਰ ਸੱਚ ਹੋਇਆ ਅਤੇ ਇੱਕ ਭੈਣ ਨੂੰ ਭਰਾ ਮਿਲ ਗਿਆ ਰੱਖੜੀ ਵਾਲੇ ਦਿਨ ਸਭ ਤੋਂ ਵੱਡੀ ਗੱਲ ਇਹ ਆ ਚਲੋ ਠੀਕ ਸਰ ਦਿਖਾਇਓ ਫੋਟੋਆਂ ਸੋਸ਼ਲ ਮੀਡੀਆ ਦੇ ਉੱਪਰ ਪਿਓ ਪੁੱਤ ਦੀ ਇੱਕ ਵੀਡੀਓ ਬੜੀ ਤੇਜ਼ੀ ਦੇ ਨਾਲ ਵਾਇਰਲ ਹੋਈ ਦੇਸ਼ ਵਿਦੇਸ਼ਾਂ 'ਤੇ ਵੀ ਇਹ ਵੀਡੀਓ ਘੁੰਮਦੀ ਪੰਜਾਬ ਦੇ ਵਿੱਚ ਵੀ ਪੂਰੀ ਤੇਜ਼ੀ ਦੇ ਨਾਲ ਵਾਇਰਲ ਹੋਈ ਅਤੇ ਇਹ ਵੀਡੀਓ ਅਸਲ ਅੰਮ੍ਰਿਤਸਰ ਗੁਰੂਨਗਰੀ ਦੀ ਇੱਕ ਨੌਜਵਾਨ ਦੀ ਆ ਜੋ ਕਿ 19 ਸਾਲ ਦੀ ਉਮਰ ਦੇ ਵਿੱਚ ਵਿਦੇਸ਼ ਜਾਂਦਾ ਅਤੇ ਜਹਾਜ਼ ਦੇ ਵਿੱਚ ਪਿਆਰ ਹੋ ਜਾਂਦਾ ਇਹ ਕਹਾਣੀ ਕੀ ਆ ਫਿਲਮਾਂ ਦੇ ਵਿੱਚ ਤੁਸੀਂ ਸੁਣੋਗੇ ਕਿ ਪਿਆਰ ਹੋ ਗਿਆ ਅਤੇ ਪਿਆਰ ਸੱਚਾ ਵੀ ਹੁੰਦਾ ਅਤੇ ਅੰਮ੍ਰਿਤਸਰ ਦੇ ਨੌਜਵਾਨ ਦੀ ਕਹਾਣੀ ਇਹ ਤੁਹਾਡੇ ਨਾਲ ਸਾਂਝੀ ਕਰ ਰਿਹਾ ਤੁਹਾਡੇ ਨਾਲ ਸੁਖਪਾਲ ਜੀ ਸੁਖਪਾਲ ਜੀ ਸਭ ਤੋਂ ਪਹਿਲਾਂ ਇਹ ਕਹਾਣੀ ਜਿਹੜੀ ਆ ਫਿਲਮਾਂ ਇਸ ਸਟਾਈਲ ਆ ਇਹ ਸੱਚ ਵੀ ਹੁੰਦੀ ਨਜ਼ਰ ਆ ਰਹੀ ਆ ਕਿੱਦਾਂ ਇਹਨਾਂ ਦੇ ਮੰਮਾ ਮਿਲੇ ਤੁਹਾਨੂੰ ਕਹਿੰਦੇ ਕਿ ਪਲੇਨ ਦੇ ਵਿੱਚ ਪਿਆਰ ਹੋ ਗਿਆ ਹਾਂਜੀ ਉਹ ਮੈਂ ਉਦੋਂ ਆਪਣੀ ਸਟੱਡੀ ਫਿਨਿਸ਼ ਕਰਕੇ ਵਾਪਸ ਆ ਰਿਹਾ ਫਿਨਿਸ਼ ਨਹੀਂ ਸੀ ਹੋਈ ਵਾਪਸ ਆ ਰਿਹਾ ਸੀ ਇੰਡੀਆ ਅਤੇ ਥਾਈਲੈਂਡ ਬੈਂਕੋਕ ਏਅਰਪੋਰਟ 'ਤੇ ਮੇਰਾ ਸਟੇਅ ਸੀ ਉੱਥੇ ਇਹਦੀ ਮੰਮਾ ਨਾਲ ਮੁਲਾਕਾਤ ਹੋਈ ਉਹ ਵੀ ਇੰਡੀਆ ਆ ਰਹੀ ਸੀ ਉਸ ਟਾਈਮ ਅਤੇ ਸਾਡੀ ਆਪਣਾ ਕੋਇੰਸੀਡੈਂਸਲੀ ਸੀਟ ਵੀ ਸਾਡੀ ਇਕੱਠੀ ਸੀ ਅਤੇ ਉੱਥੇ ਫਿਰ ਮੈਂ ਇਹਦੀ ਮੰਮਾ ਨੂੰ ਦੱਸਿਆ ਅੰਮ੍ਰਿਤਸਰ ਬਾਰੇ ਦੱਸਿਆ ਹਰਿਮੰਦਰ ਸਾਹਿਬ ਬਾਰੇ ਦੱਸਿਆ ਵਾਹਗਾ ਬਾਰਡਰ ਦੁਰਗਿਆਣਾ ਮੰਦਰ ਇਹਨਾਂ ਚੀਜ਼ਾਂ ਬਾਰੇ ਦੱਸਿਆ ਅਤੇ ਇਹਦੀ ਮੰਮਾ ਐਕਸਾਈਟਿਡ ਹੋਈ ਵੀ ਮੈਂ ਇਹ ਚੀਜ਼ਾਂ ਦੇਖਣੀਆਂ ਚਾਹੁੰਦੀ ਹਾਂ ਅਤੇ ਫਿਰ ਉਹਨਾਂ ਨੂੰ ਮੈਂ ਨਾਲ ਹੀ ਇੱਥੇ ਅੰਮ੍ਰਿਤਸਰ ਲਾਇਆ ਫਿਰ ਮੇਰੀ ਫੈਮਿਲੀ ਦੇ ਨਾਲ 10-15 ਦਿਨ ਰਹੇ ਅਤੇ ਫਿਰ ਇਹਨਾਂ ਨੂੰ ਮੈਂ ਇਹਦੀ ਮੰਮਾ ਨੂੰ ਆਪਣਾ ਤਾਜ ਮਹਿਲ ਆਪਣਾ ਹਰਿਮੰਦਰ ਸਾਹਿਬ ਵਾਹਗਾ ਬਾਰਡਰ ਇਹ ਚੀਜ਼ਾਂ ਦਿਖਾਈਆਂ ਫਿਰ ਤਾਜ ਮਹਿਲ ਰੈੱਡ ਫੋਰਟ ਲਾਲ ਕਿਲ੍ਹਾ ਆਪਣਾ ਕੁਤਬ ਮਿਨਾਰ ਵੀ ਇਕੱਠੇ ਅਸੀਂ 10-15 ਦਿਨ ਦਾ ਟੂਰ ਪੂਰੇ ਇੰਡੀਆ ਦਾ ਜਿੱਥੇ ਜਿੱਥੇ ਮੈਂ ਇਹਨਾਂ ਨੂੰ ਲੈ ਕੇ ਜਾ ਸਕਦਾ ਮੈਂ ਦਿਖਾਈਆਂ ਜੈਪੁਰ ਜੋਧਪੁਰ ਸਾਰਾ ਕੁਛ ਮੈਂ ਇਹਦੀ ਮੰਮਾ ਨੂੰ ਘੁਮਾਇਆ ਸੀ ਉਸ ਟਾਈਮ ਕਿੰਨੀ ਸੀ ਉਦੋਂ ਉਮਰ ਮੇਰੀ ਉਦੋਂ ਕੋਈ 19-20 ਸਾਲ ਦੀ ਹੋਏਗੀ ਵੀ ਸ਼ੋਰ ਨਹੀਂ ਇੰਨੀ ਕੁ ਹੋਏਗੀ ਹਾਂਜੀ ਪਿਆਰ ਦੀ ਜਵਾਨੀ ਸੀ ਹਾਂਜੀ ਪਿਆਰ ਹੀ ਲਾ ਲਓ ਪਿਆਰ ਹੀ ਹੋ ਗਿਆ ਕਿ ਹਾਂਜੀ ਲੜਕੇ ਨੂੰ ਹਾਂਜੀ 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 ਕਹਾਣੀ ਫਿਰ ਕਿੱਦਾਂ ਅੱਗੇ ਚੱਲੀ ਉਸ ਤੋਂ ਬਾਅਦ ਇਹਦੀ ਮੰਮਾ ਵਾਪਸ ਚਲੇ ਗਈ ਸੀ ਜਪਾਨ ਅਤੇ ਉੱਥੋਂ ਜਾ ਕੇ ਫਿਰ ਇਹਦੀ ਮੰਮਾ ਨੇ ਮੈਨੂੰ ਸਪੋਂਸਰਸ਼ਿਪ ਭੇਜੀ ਇਨਵੀਟੇਸ਼ਨ ਲੈਟਰ ਆਈ ਮੈਨੂੰ ਉੱਥੋਂ ਜਪਾਨ ਤੋਂ ਅਤੇ ਉਹ ਮੇਰਾ ਵੀਜ਼ਾ ਲੱਗ ਗਿਆ ਫਿਰ 2002 ਦੇ ਵਿੱਚ ਹੀ ਮੈਂ ਜਪਾਨ ਚਲਾ ਗਿਆ ਛੋਟੀ ਉਮਰੇ ਜਪਾਨ ਚਲਾ ਗਿਆ ਫਿਰ ਉੱਥੇ ਜਾ ਕੇ ਸਾਡੀ ਵੀ ਮੈਰਿਜ ਕਰਾਈ ਇਹਦੇ ਮੰਮ ਨਾਨੇ ਨਾਨੀ ਦੀ ਪਰਮਿਸ਼ਨ ਦੇ ਨਾਲ ਮੈਰਿਜ ਕਰਾਈ ਮੈਰਿਜ ਕਰਾ ਕੇ ਫਿਰ ਅਸੀਂ ਇਕੱਠੇ ਰਹੇ ਅਤੇ 2003 ਦੇ ਵਿੱਚ ਫਿਰ ਇਹਦਾ ਬਰਥ ਹੋਇਆ 13 ਫਰਵਰੀ ਨੂੰ ਇਹਦਾ ਬਰਥ ਹੋਇਆ 13 ਫਰਵਰੀ ਨਾ ਫਰਵਰੀ 13 ਫਰਵਰੀ ਨੂੰ ਇਹਦਾ ਬਰਥ ਹੋਇਆ ਅਤੇ ਉਸ ਤੋਂ ਬਾਅਦ ਫਿਰ ਅਸੀਂ ਵੀ ਇਕੱਠੇ ਰਹੇ ਥੋੜ੍ਹਾ ਚਿਰ ਅਤੇ ਥੋੜ੍ਹਾ ਮਿਸਅੰਡਰਸਟੈਂਡਿੰਗ ਹੋਣੀਆਂ ਸ਼ੁਰੂ ਹੋ ਗਈਆਂ ਕਲਚਰ ਕਿਉਂਕਿ ਵੱਖਰਾ ਸੀ ਉਹਨਾਂ ਦਾ ਕਲਚਰ ਹੋਰ ਸੀ ਸਾਡਾ ਹੋਰ ਸੀ ਉਹ ਮਿਸਅੰਡਰਸਟੈਂਡਿੰਗ ਵੱਧਦੀਆਂ ਗਈਆਂ ਫਿਰ ਮੈਂ ਝਗੜਾ ਜ਼ਿਆਦਾ ਹੋ ਗਿਆ ਫਿਰ ਮੈਂ ਇੰਡੀਆ ਆ ਗਿਆ ਵਾਪਸ ਫਿਰ 2004 ਦੇ ਵਿੱਚ ਉਦੋਂ ਇਹ ਫਸਟ ਟਾਈਮ ਇੰਡੀਆ ਆਇਆ ਸੀ ਉਦੋਂ ਇਹ ਸਾਲ ਕੁ ਦਾ ਸੀ ਜਦੋਂ ਇਹਦੀ ਮੰਮਾ ਇੱਥੇ ਲੈ ਕੇ ਆਈ ਸੀ ਫਿਰ ਅਸੀਂ ਇੱਥੇ ਫੰਕਸ਼ਨ ਵੀ ਕੀਤਾ ਸੀ ਅਜਨਾਲਾ ਰੋਡ 'ਤੇ ਸਿਮਰਨ ਰਿਜ਼ੋਰਟ ਦੇ ਵਿੱਚ ਇਹਦਾ ਬਰਥਡੇ ਮਨਾਇਆ ਸੀ ਪੂਰਾ ਪ੍ਰੋਗਰਾਮ ਕੀਤਾ ਸੀ ਉਦੋਂ ਅਤੇ ਬਟ ਫਿਰ ਇਹਦੀ ਮੰਮਾ 2004 'ਚ ਫਿਰ ਮੈਨੂੰ ਵਾਪਸ ਲੈ ਗਈ ਨਾਲ ਬਟ ਫਿਰ ਉਹ ਕਹਿੰਦੀ ਵੀ ਆਪਾਂ ਇਕੱਠੇ ਨਹੀਂ ਰਹਿ ਸਕਦੇ ਸਾਡਾ ਕਲਚਰ
ਟੋਟਲੀ ਡਿਫਰੈਂਟ ਹੈਗਾ ਵਾ ਵੀ ਆਪਾਂ ਇੱਕ ਦੂਜੇ ਨਾਲ ਖੁਸ਼ ਨਹੀਂ ਰਹਿ ਸਕਦੇ। ਅਤੇ ਫਿਰ ਮੇਰਾ ਆਪਣਾ ਡਿਵੋਰਸ ਹੋ ਗਿਆ 2004 ਦੇ ਵਿੱਚ ਸਹਿਮਤੀ ਦੇ ਨਾਲ, ਬਟ ਉਹ ਡਿਵੋਰਸ ਹੋਣ ਤੋਂ ਬਾਅਦ ਫਿਰ ਮੈਂ ਵੱਖਰਾ ਹੋ ਗਿਆ ਜਪਾਨ ਦੇ ਵਿੱਚ ਹੀ ਵੱਖਰਾ ਰਿਹਾ, ਅਤੇ ਮੇਰੇ ਕੋਲ ਫਿਰ ਇਹਦੀ ਮੰਮਾ ਦੀ ਗਰੰਟੀ ਖਤਮ ਹੋ ਗਈ, ਮੇਰਾ ਵੀਜ਼ਾ ਵੀ ਖਤਮ ਹੁੰਦਾ ਜਾਂਦਾ ਸੀ ਅਤੇ ਵੱਧ ਨਹੀਂ ਸੀ ਸਕਦਾ ਉਹ ਵੀਜ਼ਾ। ਫਿਰ ਮੈਂ ਫਿਰ ਵਾਪਸ ਆ ਗਿਆ, ਉਦੋਂ ਵਾਪਸ ਆਉਣ ਤੋਂ ਪਹਿਲਾਂ ਇੱਕ ਵਾਰੀ ਮਿਲਿਆ ਇਹਨੂੰ ਮੈਂ 2005 ਦੇ ਵਿੱਚ ਬਸ। ਹਾਂਜੀ, ਉਸ ਤੋਂ ਬਾਅਦ ਮੇਰੀ ਮੁਲਾਕਾਤ ਨਹੀਂ ਹੋਈ। ਇਹਨਾਂ ਦੇ ਮੰਮਾ ਨਾਲ ਗੱਲਬਾਤ ਨਹੀਂ ਹੋਈ ਕਦੀ? ਨਹੀਂ, ਫੋਨ ਦੇ ਉੱਪਰ ਇੱਕ ਵਾਰੀ ਮੈਂ ਮੰਮਾ ਇਹਦੀ ਨੂੰ ਫੋਨ ਕੀਤਾ ਸੀ ਇੱਥੇ ਆਣ ਕੇ ਅਤੇ ਹਾਲ ਚਾਲ ਜਾਣਨ ਦੀ ਕੋਸ਼ਿਸ਼ ਕੀਤੀ, ਪਰ ਇਹਦੀ ਮੰਮਾ ਨੇ ਚੰਗੀ ਤਰ੍ਹਾਂ ਮੇਰੇ ਨਾਲ ਗੱਲ ਨਹੀਂ ਸੀ ਕੀਤੀ। ਅਤੇ ਉਸ ਤੋਂ ਬਾਅਦ ਫਿਰ ਮੈਂ ਇਹਨੂੰ ਇਹਦੇ ਬਰਥਡੇ 'ਤੇ ਆਪਣਾ ਬਰਥਡੇ ਵੀ ਕਾਰਡ ਭੇਜੇ ਸੀ, ਇਹਦੀ ਮੰਮਾ ਨੂੰ ਵੀ ਕਾਰਡ ਭੇਜਦਾ ਰਿਹਾ ਸੀ ਬਰਥਡੇ 'ਤੇ, ਪਰ ਇਹਦੀ ਮੰਮਾ ਦਾ ਫਿਰ ਮੈਸੇਜ ਆਉਂਦਾ ਅੱਗੋਂ, ਰਿਪਲਾਈ ਆਉਂਦੀ ਆ ਵੀ ਨਹੀਂ ਤੁਸੀਂ ਸਾਨੂੰ ਕਾਰਡ ਨਾ ਭੇਜਿਆ ਕਰੋ ਵੀ ਅਸੀਂ ਡਿਸਟਰਬ ਹੁੰਦੇ ਹਾਂ, ਅਤੇ ਇਹ ਵੀ ਮੈਂ ਹੁਣ ਵੀ ਨਹੀਂ ਚਾਹੁੰਦੀ ਵੀ ਤੁਸੀਂ ਟੱਚ 'ਚ ਰਹੋ ਸਾਡੇ ਨਾਲ। ਅਤੇ ਉਸ ਤੋਂ ਬਾਅਦ ਫਿਰ ਨੰਬਰ ਵੀ ਚੇਂਜ ਹੋ ਗਏ, ਸਾਰਾ ਕੁਛ ਚੇਂਜ ਹੋ ਗਿਆ, ਅਤੇ ਉਸ ਤੋਂ ਬਾਅਦ ਫਿਰ ਮੇਰਾ ਕੋਈ ਇਹਦੇ ਨਾਲ ਮੁਲਾਕਾਤ ਨਹੀਂ ਹੋਈ, ਇਹਦੀ ਨਾ ਇਹਦੀ ਮੰਮਾ ਨਾਲ ਕੋਈ ਗੱਲ ਹੋਈ, ਨਾ ਇਹਦੇ ਨਾਲ ਕੋਈ ਗੱਲ ਹੋਈ। ਮੋੜ ਆਉਂਦੇ ਨੇ ਕਿ ਇੱਕ ਮਾਂ ਆਪਣੇ ਬੱਚੇ ਨੂੰ ਬੜਾ ਕੁਛ ਸਿਖਾਉਂਦੀ ਸੀ ਕਿ ਤੇਰਾ ਪਿਓ ਮੈਨੂੰ ਧੋਖਾ ਦੇ ਗਿਆ, ਇੱਦਾਂ ਦੀਆਂ ਚੀਜ਼ਾਂ ਕੋਈ ਹੋਈਆਂ ਨਹੀਂ? ਨਹੀਂ, ਇਹਨੂੰ ਮੈਂ ਪੁੱਛਿਆ ਸੀ ਵੀ ਤੇਰੀ ਮੰਮਾ ਨੇ ਮੇਰੇ ਬਾਰੇ ਤੇਰੇ ਨਾਲ ਕੀ ਗੱਲਾਂ ਕੀਤੀਆਂ, ਅਤੇ ਕਹਿੰਦਾ ਵੀ ਕੁਝ ਬੁਰੀਆਂ ਗੱਲਾਂ ਵੀ ਕੀਤੀਆਂ ਸੀ ਅਤੇ ਕੁਝ ਸਹੀ ਗੱਲਾਂ ਵੀ ਕੀਤੀਆਂ ਸੀ, ਅਤੇ ਕਹਿੰਦਾ ਜੇ ਤੇ ਤੁਹਾਡੇ ਬਾਰੇ ਸਾਰੀਆਂ ਬੁਰੀਆਂ ਗੱਲਾਂ ਦੱਸਦੀ ਫਿਰ ਮੈਂ ਹੋ ਸਕਦਾ ਸੀ ਨਾ ਆਉਂਦਾ, ਅਤੇ ਕਹਿੰਦਾ ਜੇ ਤੁਹਾਡੇ ਬਾਰੇ ਅੱਧੀਆਂ ਗੱਲਾਂ ਸੱਚੀਆਂ ਦੱਸੀਆਂ, ਜੇ ਅੱਧੀਆਂ ਵੀ ਨਾ ਸੱਚੀਆਂ ਦੱਸਦੀ ਇੱਕ ਵੀ ਗੱਲ ਸਹੀ ਹੁੰਦੀ ਮੈਂ ਤਾਂ ਵੀ ਤੁਹਾਨੂੰ ਮਿਲ ਲੈਣਾ ਸੀ, ਇਹ ਇਹਨੇ ਇਹਦੀ ਜ਼ਬਾਨੀ ਹੈ, ਇਹਨੇ ਮੈਨੂੰ ਇੱਦਾਂ ਕਿਹਾ ਸੀ। ਫੋਟੋਆਂ ਵੇਖਦਾ ਰਿਹਾ, ਮੈਪ 'ਤੇ ਲੱਭਦਾ ਰਿਹਾ ਤੁਹਾਨੂੰ? ਹਾਂਜੀ, ਇਹ 18 ਤਰੀਕ ਨੂੰ ਇੱਥੇ ਪਹੁੰਚਿਆ ਵਾ, ਅਤੇ 19 ਤਰੀਕ ਨੂੰ ਇਹ ਮੇਰੀਆਂ ਜਿੰਨੀਆਂ ਸਾਰੀਆਂ ਪੁਰਾਣੀਆਂ ਫੋਟੋਗ੍ਰਾਫ ਸੀ ਇਹਦੇ ਬਰਥ ਦੇ ਟਾਈਮ ਦੀਆਂ, ਇਹਦੇ ਮੰਮਾ ਨਾਲ ਮੇਰੀਆਂ ਫੋਟੋਆਂ, ਵੀ ਸਾਰੀਆਂ ਸਾਡੀਆਂ ਪੁਰਾਣੀਆਂ ਯਾਦਗਾਰਾਂ ਜਿੰਨੀਆਂ ਫੋਟੋਆਂ ਸੀ ਉੱਥੇ ਰਹਿ ਗਈਆਂ, ਲੈ ਕੇ ਆਏ ਵੀਰੇ ਸਾਡੇ ਪੁਰਾਣੇ ਘਰ ਦੇ ਐਡਰੈਸ ਦੇ ਕੋਲ ਪਹੁੰਚਿਆ, ਉੱਥੇ ਦੁਕਾਨਾਂ 'ਤੇ ਰਾਹਗੀਰੀਆਂ ਨੂੰ ਫੋਟੋਆਂ ਵਿਖਾਈਆਂ, ਅਤੇ ਉਹ ਕੁਦਰਤੀ ਸਾਡਾ ਕੋਈ ਵਾਕਫ ਨਿਕਲ ਆਇਆ ਵਿੱਚੋਂ, ਅਤੇ ਉਹ ਨੰਗਲੀ ਦੇ ਹੀ ਨੇ ਸਾਡੇ ਸੱਜਣ ਹੀ ਆ, ਉਹਨਾਂ ਕੋਲ ਲੈ ਗਏ, ਅਤੇ ਉੱਥੋਂ ਫਿਰ ਮੈਨੂੰ ਉਹਨਾਂ ਦਾ ਫੋਨ ਆਇਆ, ਅਤੇ ਜਦੋਂ ਮੈਨੂੰ ਫੋਨ ਆਇਆ ਮੈਨੂੰ ਤਾਂ ਵਿਸ਼ਵਾਸ ਨਹੀਂ ਹੋ ਰਿਹਾ, ਮੈਂ ਇਹ ਤਾਂ ਮਜ਼ਾਕ ਕਰਨ ਦੇ ਆ ਵੀ ਇੱਦਾਂ ਕਿੱਦਾਂ ਹੋ ਸਕਦਾ, ਮੈਂ ਤਾਂ ਇੰਨੇ ਚਿਰ ਦਾ ਵੇਟ ਕਰਨ ਦਾ ਪਿਆ ਵਾਂ ਵੀ ਇਹ ਇੱਕਦਮ ਕਿੱਦਾਂ ਹੋ ਗਿਆ, ਅਤੇ ਹਜੇ ਵੀ ਮੈਨੂੰ ਯਕੀਨ ਜਿਹਾ ਨਹੀਂ ਹੋ ਰਿਹਾ ਵੀ ਉਹ ਮੁਲਾਕਾਤ ਤੁਸੀਂ ਦੇਖ ਹੀ ਲਈ ਹੈ, ਵੀ ਉਹ ਮੈਂ ਦੁਬਾਰਾ ਦੁਬਾਰਾ ਬਿਆਨ ਨਹੀਂ ਕਰ ਸਕਦਾ ਜੋ ਫੀਲਿੰਗ ਫੀਲ ਹੋਇਆ ਸੀ। ਬਹੁਤ ਵੱਡੀ ਫੀਲਿੰਗ ਹੁੰਦੀ ਹੈ ਜੀ, ਫੀਲਿੰਗ ਸੀ ਉਹ, ਅਤੇ ਕੁਦਰਤੀ ਇੱਦਾਂ ਹੀ ਹੋਣਾ ਸੀ ਕਿਉਂਕਿ ਪਿਆਰ ਸੀ, ਇੰਨੇ ਚਿਰ ਦੇ ਅਸੀਂ ਵਿਛੜੇ ਸੀ, ਅਤੇ ਉਹ ਆਪਣਾ ਉਹ ਜੋ ਕੁਝ ਵੀ ਹੋਇਆ ਇੱਕ ਆ, ਬਸ ਹਜੇ ਵੀ ਵਿਸ਼ਵਾਸ ਨਹੀਂ ਹੋ ਰਿਹਾ ਵੀ ਇਹ ਮੇਰੇ ਨਾਲ ਹੈਗਾ ਵਾ। ਹਾਂਜੀ, ਉੱਥੋਂ ਜੋ ਤਲਾਕ ਹੋਇਆ ਅਤੇ ਇਹ ਪੰਜਾਬ ਦੇ ਵਿੱਚ ਆ ਗਿਆ, ਅੰਮ੍ਰਿਤਸਰ 'ਚ ਤੁਸੀਂ ਕਦੋਂ ਵਿਆਹ ਕਰਵਾਇਆ? ਇਹ ਅੰਮ੍ਰਿਤਸਰ 'ਚ ਮੈਂ 2008 'ਚ ਮੇਰੇ ਪਿਤਾ ਜੀ ਦੀ ਡੈਥ ਹੋ ਗਈ ਸੀ, ਅਤੇ ਉਸ ਤੋਂ ਬਾਅਦ ਫਿਰ ਘਰ ਦੇ ਹਾਲਾਤ ਇੱਦਾਂ ਦੇ ਬਣ ਗਏ ਵੀ ਸਾਰੇ ਮੇਰੇ ਰਿਸ਼ਤੇਦਾਰ ਕਹਿਣ ਲੱਗੇ ਵੀ ਤੁਹਾਡੇ ਘਰ 'ਚ ਵੀ ਹੁਣ ਵੀ ਕੋਈ ਐਸਾ ਪ੍ਰੋਗਰਾਮ ਕਰੋ ਜਿਹਦੇ ਨਾਲ ਥੋੜ੍ਹੀ ਖੁਸ਼ੀਆਂ ਖਾਸ਼ੀਆਂ ਆਉਣ। ਫਿਰ ਮੇਰੀ ਸ਼ਾਦੀ ਕਰਤੀ 2008 ਦੇ ਵਿੱਚ, ਮੇਰਾ ਵਿਆਹ ਸੋਰੀ 9 'ਚ ਮੇਰੀ ਸ਼ਾਦੀ ਹੋਈ, ਅਤੇ ਉਹਦੇ 'ਚੋਂ ਮੇਰੀ ਇੱਕ ਬੇਟੀ ਆ, ਉਹ ਹੁਣ 15 ਦੀ ਹੋ ਗਈ ਆ, ਅਵਲੀਨ ਆ, ਸੇਂਟ ਫਰਾਂਸਿਸ ਸਕੂਲ ਪੜ੍ਹਦੀ ਆ। ਉਹ ਵੀ ਉਹਨਾਂ ਨੂੰ ਉਹਦੀ ਮੰਮਾ ਨੂੰ ਮੈਂ ਉਦੋਂ ਦੱਸਿਆ ਨਹੀਂ ਸੀ, ਸਿਰਫ ਇੰਨਾ ਦੱਸਿਆ ਵੀ ਮੇਰੀ ਸ਼ਾਦੀ ਹੋਈ ਜਪਾਨ ਦਾ। ਹਾਂਜੀ, ਅਤੇ ਬਟ ਹੌਲੀ ਹੌਲੀ ਵਿਆਹ ਤੋਂ 2 ਸਾਲ ਬਾਅਦ ਫਿਰ ਮੈਂ ਦੱਸਣਾ ਸ਼ੁਰੂ ਕਰਤਾ ਸੀ ਹੌਲੀ ਹੌਲੀ, ਅਤੇ ਬਟ ਉਹ ਮੇਰੇ ਨਾਲ ਪੂਰੇ ਅੰਡਰਸਟੈਂਡ ਕੀਤੀ ਆ, ਮੇਰੀ ਵਾਈਫ ਪੂਰਾ ਪੂਰੀਆਂ ਅਰਦਾਸਾਂ ਉਹਦੀਆਂ ਕੰਮ ਆਈਆਂ ਵਾ। ਸਾਨੂੰ ਲੋਕਾਂ ਨੇ ਕਹਿਣਾ ਵੀ ਤੁਹਾਡੀ ਇੱਕ ਬੇਟੀ ਆ, ਤੁਸੀਂ ਬੇਟਾ ਕਿਉਂ ਨਹੀਂ, ਅਤੇ ਉਹਨੇ ਕਹਿਣਾ ਵੀ ਨਹੀਂ ਸਾਡਾ ਬੇਟਾ ਹੈਗਾ ਵਾ,
ਤੇ ਕੋਈ ਨਹੀਂ ਆਏਗਾ ਤੇ ਉਹ ਗੁਰੂ ਰਾਮਦਾਸ ਦੀ ਕਿਰਪਾ ਦੇ ਸਦਕੇ ਸਾਡਾ ਮੇਲ ਹੋਇਆ, ਜੋ ਵੀ ਹੋਇਆ ਗੁਰੂ ਰਾਮਦਾਸ ਬਾਬੇ ਸ਼ਹੀਦਾਂ ਦੀ ਕਿਰਪਾ ਨਾਲ ਹੀ ਮੇਲ ਹੋਇਆ ਸਾਡਾ। ਸਾਡੇ ਨਾਲ ਗੱਲਬਾਤ ਕਰਦੇ ਹੋਏ ਕਿ ਮੈਂ ਪੁੱਛਿਆ ਕਿ ਭਾਵੁਕ ਕਿਉਂ ਹੋਏ ਹੋ ਕਿ ਦੂਜੀ ਮੈਰਿਜ ਤਾਂ ਕਰਕੇ ਹੋਏ ਨਹੀਂ, ਕਹਿੰਦੇ ਕਿ ਜਾ ਰਿਹਾ ਵੀਜ਼ਾ ਘੱਟ ਹੈ ਇਸ ਕਰਕੇ ਭਾਵੁਕ ਹੋ ਗਈ। ਵੀਜ਼ਾ ਤਾਂ ਇਹਦਾ ਹੈਗਾ ਵਾ 12 ਸਪਤੰਬਰ ਤੱਕ ਦੇ, ਬਟ ਇਹਨੂੰ ਵੀ ਅਸੀਂ ਪਤਾ ਕੀਤਾ ਸੀ ਵੀਜ਼ਾ ਤਾਂ ਵੱਧ ਸਕਦਾ ਵਾ, ਬਟ ਇਹ ਕਹਿੰਦਾ ਵੀ ਨਹੀਂ ਮੈਂ ਕਾਲਜ ਜਾਣਾ ਵਾ ਅਤੇ ਕਾਲਜ ਮੇਰਾ ਜ਼ਰੂਰੀ ਆ, ਅਤੇ ਫਿਰ ਇਹ ਹੁਣ 2 ਜਾਂ 3 ਤਰੀਕ ਨੂੰ ਇਹਦੀ ਟਿਕਟ ਹਜੇ ਹੋਈ ਨਹੀਂ ਕਨਫਰਮ, ਮੇ ਬੀ 2 ਜਾਂ 3 ਨੂੰ ਹੋਏਗੀ ਫਿਰ ਇਹ ਚੱਲ ਜਾਏਗਾ ਵਾਪਸ। ਉਹ ਮੇਰੀ ਵਾਈਫ ਇੰਨੀ ਕੁ ਜ਼ਿਆਦਾ ਭਾਵੁਕ, ਬਸ ਇਹੀ ਸੋਚ ਸੋਚ ਪਰੇਸ਼ਾਨ ਹੋਈ ਜਾਂਦੀ ਆ ਵੀ ਇਹ ਜਦੋਂ ਜਾਏਗਾ ਸਾਡੇ ਤਾਂ ਘਰ ਇੰਨੀ ਰੌਣਕ ਲੱਗੀ ਆ। ਮੇਰੀ ਬੇਟੀ ਉੱਦਣ ਦੀ ਸਕੂਲ ਨਹੀਂ ਗਈ, ਜਿੱਦਣ ਦਾ ਇਹ ਆਇਆ ਉੱਦਣ ਦੀ ਸਕੂਲ ਨਹੀਂ ਗਈ, ਲਗਾਤਾਰ ਛੁੱਟੀਆਂ ਕੀਤੀਆਂ ਉਹਨੇ, ਕਹਿੰਦੀ ਪਾਪਾ ਵੀ ਇੰਨਾ ਚਿਰ ਬਾਅਦ ਮੇਰਾ ਭਰਾ ਮਿਲਿਆ ਵਾ, ਅਤੇ ਉਹ ਵੀ ਇਹੀ ਹੁਣ ਮੈਨੂੰ ਵੀ ਇਹ ਦਿਲ ਦੇ ਵਿੱਚ ਡਰ ਹੈ ਕਿਤੇ ਨਾ ਕਿਤੇ ਵੀ ਰੱਬ ਨਾ ਕਰੇ ਇਹ ਦੁਬਾਰਾ ਫਿਰ ਵਾਪਸ ਜਾ ਕੇ ਮੁੜ ਕੇ ਨਾ ਆਇਆ ਅਤੇ ਫਿਰ ਮੈਂ ਕੀ ਕਰੂੰਗਾ। ਬਟ ਇਹ ਹੁਣ ਇਹਦਾ ਮੇਰੇ ਕੋਲ ਕੰਟੈਕਟ ਨੰਬਰ ਹੈਗਾ ਵਾ ਅਤੇ ਇਹਦਾ ਸਾਰਾ ਕੁਛ ਹੈਗਾ ਵਾ, ਹੁਣ ਨਹੀਂ ਮੈਨੂੰ ਕੋਈ ਪ੍ਰੋਬਲਮ। ਹਾਂਜੀ, ਮੰਮਾ ਨਾਲ ਗੱਲਬਾਤ ਹੋਈ? ਇਹਦੀ ਮੰਮਾ ਨਾਲ ਜਿੱਦਣ ਇਹ ਆਇਆ ਵਾ ਇੱਥੇ ਸਾਡੇ ਕੋਲ, ਜਿੱਦਣ ਮੈਂ ਇਹਨੂੰ ਘਰ ਲੈ ਆਉਂਦਾ ਵਾ ਉੱਦਣ ਇਹਦੀ ਮੰਮਾ ਨਾਲ ਇਹਨੇ ਮੇਰੀ ਗੱਲ ਕਰਾਈ ਆ, ਅਤੇ ਇਹਦੀ ਮੰਮਾ ਨਾਲ ਮੇਰੀ ਗੱਲ ਹੋਈ ਸੀ ਅਤੇ ਮੈਂ ਉਹਨਾਂ ਨੂੰ ਦੱਸਿਆ ਵੀ ਇਹ ਇਹਨੇ ਮੈਨੂੰ ਲੱਭ ਲਿਆ ਵਾ ਅਤੇ ਮੇਰੇ ਪਿਆ ਜੀ ਬੜੀ ਖੁਸ਼ ਹੋਈ ਮੰਮਾ, ਅਤੇ ਮੈਂ ਉਹਨੂੰ ਪੁੱਛਿਆ ਵੀ ਇਹ ਸਾਡੇ ਨਾਲ ਰਹਿ ਸਕਦਾ? ਅਤੇ ਇਹਦੀ ਮੰਮਾ ਦੀ ਹਾਂ ਨੋ ਪ੍ਰੋਬਲਮ ਰਹਿ ਸਕਦਾ, ਮੈਨੂੰ ਕੋਈ ਪ੍ਰੋਬਲਮ ਨਹੀਂ, ਇਹ ਹੁਣ ਆਪਣੇ ਡਿਸੀਜਨ ਖੁਦ ਲੈ ਸਕਦਾ ਵਾ, ਅਤੇ ਕੋਈ ਇਹਦੀ 21 ਸਾਲ ਹੋ ਗਈ ਆ, ਇੱਕੀ ਸਾਲ। ਹਾਂਜੀ, ਇੱਦਾਂ ਦਾ ਕਲਚਰ ਫਿਰ ਕਿੱਦਾਂ ਲੱਗਾ ਇਹਨੂੰ ਪੰਜਾਬ ਦਾ? ਪੰਜਾਬ ਦਾ ਕਲਚਰ ਇਹਨੂੰ ਬਹੁਤ ਪਸੰਦ ਆਇਆ ਵਾ, ਜਿੱਦਾਂ ਆਪਣੀ ਫੈਮਿਲੀਆਂ ਮਿਲਦੀਆਂ ਇੱਕ ਦੂਜੇ ਨੂੰ, ਬਹੁਤ ਖੁਸ਼ ਹੁੰਦਾ ਦੇਖ ਕੇ, ਅਤੇ ਮੈਂ ਇਹਨੂੰ ਕਿਹਾ ਵੀ ਤੈਨੂੰ ਵੀ ਸਮਝ ਲੱਗਦੀ ਨਹੀਂ ਆ, ਅਤੇ ਇਹ ਕਹਿੰਦਾ ਵੀ ਪਾਪਾ ਲਵ ਹੈਜ਼ ਨੋ ਲੈਂਗੁਏਜ, ਪਿਆਰ ਦੀ ਕੋਈ ਭਾਸ਼ਾ ਨਹੀਂ ਆ, ਮੈਨੂੰ ਇਮੋਸ਼ਨ ਤੋਂ ਪਤਾ ਲੱਗ ਜਾਂਦਾ ਵੀ ਮੈਂ ਕੀ ਫੀਲ ਹੋ ਰਿਹਾ ਮੇਰੇ ਅੰਦਰ, ਵੀ ਮੈਨੂੰ ਸਾਰਾ ਫੀਲ, ਕਿਉਂਕਿ 50% ਬਲੱਡ ਤਾਂ ਇਹਦਾ ਸਾਡਾ ਆਪਣਾ ਪੰਜਾਬੀਆਂ ਦਾ। ਹਾਂਜੀ, ਅਤੇ ਇਸ ਕਰਕੇ ਉਹ ਕਹਿੰਦਾ ਮੈਨੂੰ ਕੋਈ ਪ੍ਰੋਬਲਮ ਨਹੀਂ ਹੈ ਲੈਂਗੁਏਜ ਦੀ, ਕਹਿੰਦਾ ਕੋਈ ਪ੍ਰੋਬਲਮ ਨਹੀਂ। ਬਹੁਤ ਖੁਸ਼ ਤੁਹਾਡੀ, ਕਹਿੰਦੀ ਕਿ ਮੇਰਾ ਭਰਾ ਕੋਈ ਨਹੀਂ, ਭਾਵੇਂ ਚਾਚੇ ਤਾਇਆਂ ਦੇ ਹੈਗੇ ਸੀ, ਪਰ ਰੱਖੜੀ ਵਾਲੇ ਦਿਨ ਮੈਨੂੰ ਵੱਡਾ ਰੱਬ ਨੇ ਤੋਹਫਾ ਦੇ। ਹਾਂਜੀ, ਇਹ ਤੋਂ ਵੱਡਾ ਤੋਹਫਾ ਕੋਈ ਨਹੀਂ ਹੋ ਸਕਦਾ। ਹਾਂਜੀ, ਉਹ ਤਾਂ ਵੀ ਉਹਦੀਆਂ ਵੀ ਅਰਦਾਸਾਂ ਬੜਾ, ਉਹਨੇ ਗੁਰਦੁਆਰੇ ਜਾਣਾ ਵੀ ਮੇਰਾ ਵੀਰਾ ਕਦੋਂ ਆਊਗਾ, ਪਾਪਾ ਉਹਨੂੰ ਤੁਸੀਂ ਲੱਭੋ, ਅਸੀਂ ਬਹੁਤ ਕੋਸ਼ਿਸ਼ ਕੀਤੀ ਹੈ ਅਤੇ ਹੁਣ ਸੋਸ਼ਲ ਮੀਡੀਆ 'ਤੇ ਅਸੀਂ ਹਰ ਥਾਂ ਟਰਾਈ ਕੀਤੀ, ਲੋਕਾਂ ਸੁਣਨ ਵਾਲਿਆਂ ਨੂੰ ਲੱਗੇਗਾ ਵੀ ਇਹ ਵੀ ਇਹਨਾਂ ਜਾਣ ਦੀ ਕੋਸ਼ਿਸ਼ ਨਹੀਂ ਕੀਤੀ, ਇਹ ਤਾਂ ਮੈਨੂੰ ਪਤਾ ਨਾ, ਮੇਰੀ ਫੈਮਿਲੀ ਨੂੰ ਪਤਾ ਵੀ ਅਸੀਂ ਕਿੰਨੀ ਟਰਾਈ ਕੀਤੀ, ਪਰ ਨਹੀਂ ਹੀ ਜਾ ਸਕਦਾ ਕਿਉਂਕਿ ਕਈ ਲੋਕਾਂ ਨੂੰ ਨਹੀਂ ਪਤਾ ਜਪਾਨ ਦੇ ਰੂਲ ਰੈਗੂਲੇਸ਼ਨ ਕੀ ਨੇ, ਉਸ ਟਾਈਮ 'ਤੇ ਕਿੰਨੀ ਔਖਿਆਈ ਸੀ, ਅਤੇ ਮੈਂ ਟਰਾਈ ਵੀ ਕੀਤੀ ਹੈ ਬਟ ਨਹੀਂ, ਮੇਰਾ ਨਹੀਂ ਸੀ ਬਣਦੀ ਪਈ ਕੋਈ ਗੱਲਬਾਤ, ਅਤੇ ਬਟ ਇਹ ਵੀ ਇਹ ਆ ਗਿਆ ਵਾ, ਮੈਨੂੰ ਇੰਨੀ ਬੜੀ ਖੁਸ਼ੀ ਹੈ ਵੀ ਇਹ ਸਾਡੇ ਕੋਲ ਆ ਗਿਆ, ਸਹੀ ਸਲਾਮਤ ਆ ਗਿਆ, ਅਤੇ ਸਾਨੂੰ ਬਹੁਤ ਖੁਸ਼ੀ ਹੋਈ ਹੈ। ਗੱਲਬਾਤ ਪੁੱਛੋ ਕਿ ਕਲਚਰ ਇਹਨੂੰ ਕਿੱਦਾਂ ਲੱਗਾ? ਯੂ ਵਾਂਟ ਟੂ ਸੇ ਸਮਥਿੰਗ ਅਬਾਊਟ ਅਵਰ ਪੰਜਾਬੀ ਕਲਚਰ, ਪੰਜਾਬ ਕਲਚਰ, ਪੰਜਾਬੀ ਕਲਚਰ? ਯਾ, ਆਈ ਲਾਈਕ ਪੰਜਾਬੀ ਕਲਚਰ, ਸੋ ਆਮ ਨੇ ਹਾਫ ਬ੍ਰਦਰ ਪੰਜਾਬੀ, ਆਈ ਲਾਈਕ, ਮੈਨੂੰ ਅੱਧਾ ਬਲੱਡ ਮੇਰਾ ਪੰਜਾਬੀ ਹੈ, ਮੈਨੂੰ ਪੂਰਾ ਕਲਚਰ ਬਹੁਤ ਵਧੀਆ ਲੱਗਾ। ਸੁਣਾਇਆ ਇਹਨੂੰ 3-4 ਦਿਨ? ਨਹੀਂ, ਪੰਜਾਬੀ ਗਾਣੇ ਦੀ ਵੈਸੇ ਫੋਲੋ ਕਰਦਾ, ਇੰਗਲੈਂਡ ਦੇ ਪੰਜਾਬੀ MC ਜਿਹੜੇ ਆ ਉਹਨਾਂ ਨੂੰ ਫੋਲੋ ਕਰਦਾ, ਅਤੇ ਸਿੱਧੂ ਮੂਸੇ ਵਾਲੇ ਦੀਆਂ ਇਹਨੂੰ ਮੈਂ ਦਿਖਾਈਆਂ ਸੀ ਵੀ ਇਹ ਸਾਡਾ ਬੜਾ ਫੇਮਸ ਸਿੰਗਰ, ਦਲਜੀਤ ਭਾਈ ਦੀਆਂ, ਹਾਂ ਦਲਜੀਤ ਦੁਸਾਂਝ ਦੀਆਂ ਦਿਖਾਈਆਂ ਇਹਨੂੰ, ਅਤੇ ਪਸੰਦ ਕੀਤਾ ਇਹਨੇ, ਬਟ ਹੌਲੀ ਹੌਲੀ ਫਿਰ ਕਰੇਗਾ ਹੁਣ। ਹਾਂਜੀ, ਸੁਪਨਾ ਉਹ ਕਹਿੰਦਾ ਵੀ ਇਹ ਮੇਰਾ ਸੁਪਨਾ ਇਹੀ ਸੀ, ਮੇਰਾ ਡਰੀਮ ਕਮ ਟਰੂ ਆ ਵੀ ਮੈਂ ਆਪਣੇ ਪਾਪਾ ਨੂੰ ਮਿਲਣਾ ਸੀ ਜ਼ਿੰਦਗੀ 'ਚ, ਮਰਨ ਤੋਂ ਪਹਿਲਾਂ ਕਹਿੰਦਾ ਮੈਂ ਇੱਕ ਵਾਰੀ ਵੇਖਣਾ ਆਪਣੇ ਪਾਪਾ ਨੂੰ, ਉਹ ਮੈਂ ਵੇਖ ਲਿਆ ਵਾ। ਵੀ ਹੋਣਾ ਕਿ ਵਿਆਹ ਦਾ ਉੱਥੇ ਜਪਾਨ 'ਚ ਕਰੀਏ ਜਾਂ ਪੰਜਾਬ 'ਚ ਕਰੀਏ? ਨਹੀਂ, ਉਹ ਤਾਂ ਹੁਣ ਇਹ ਦੇ ਵਾਂਟ ਟੂ ਨੋ ਵਟ ਅਬਾਊਟ ਯੂਅਰ ਮੈਰੀ, ਯੂ ਵਾਂਟ ਟੂ ਮੈਰਿਜ ਵਿਦ ਪੰਜਾਬੀ ਗਰਲ ਔਰ ਯੂ ਵਾਂਟ ਟੂ ਮੈਰੀ ਵਿਦ ਜਾਪਨੀਜ਼ ਗਰਲ? ਜਾਪਨੀਜ਼ ਗਰਲ ਇਜ਼ ਵੈਰੀ
cool. But I like Japanese. ਪੰਜਾਬੀ ਕੁੜੀਆਂ ਬਹੁਤ ਵਧੀਆ, ਪਰ ਕਹਿੰਦਾ ਮੈਂ ਵੀ ਹਾਂ ਵੀ ਉੱਥੇ ਪਸੰਦ ਕਰਦਾ ਜਾਪਨੀਜ਼ ਲੜਕੀਆਂ। ਹਾਂਜੀ, ਕਹਿ ਸਕਦੇ ਕਿ ਜੇ ਪਿਆਰ ਸੱਚਾ ਹੋਵੇ ਤਾਂ ਮਿਲ ਜਾਂਦਾ। ਹਾਂਜੀ, ਵਾਹਿਗੁਰੂ ਜਾਵੇ ਸਭ ਕੁਛ ਹੋ ਜਾਂਦਾ। ਅਰਦਾਸ ਕਬੂਲ ਹੋਈ, ਮੇਰੀ ਵਾਈਫ ਦੀ, ਮੇਰੀ, ਮੇਰੀ ਮੰਮੀ ਦੀਆਂ, ਮੇਰੇ ਬ੍ਰਦਰ ਦੀਆਂ ਅਰਦਾਸਾਂ ਕਬੂਲ ਹੋਈਆਂ, ਕਿਉਂਕਿ ਮੇਰੀ ਮੰਮੀ ਵੀ ਬਹੁਤ ਜ਼ਿਆਦਾ ਯਾਦ ਕਰਦੀ ਹੁੰਦੀ ਸੀ, ਕਿਉਂਕਿ ਪਹਿਲਾ ਬੱਚਾ ਸੀ ਸਾਡਾ ਉਸ ਟਾਈਮ 'ਤੇ, ਅਤੇ ਸਾਰੇ ਬਹੁਤ ਮਿਸ ਕਰਦੇ। ਸਾਡੀਆਂ ਅਰਦਾਸਾਂ ਕਬੂਲ ਹੋ ਗਈਆਂ ਗੁਰੂ ਰਾਮਦਾਸ ਲੈ ਕੇ ਗਏ। ਹਾਂਜੀ, ਸਾਰੇ ਰਿਸ਼ਤੇਦਾਰਾਂ ਕੋਲ, ਕੱਲ੍ਹ ਵੀ ਜਾ ਰਹੇ ਹਾਂ, ਰੋਜ਼ ਹੀ ਸਾਡਾ ਵੀ ਟਾਈਮ ਨਹੀਂ ਲੱਗਦਾ ਪਿਆ, ਰੋਜ਼ ਦੇ ਰੋਜ਼ ਕਦੀ ਇੱਧਰ ਕਦੀ ਇੱਧਰ, ਵੀ ਸਾਰੇ ਐਕਸਾਈਟਡ ਇਹਨੂੰ ਮਿਲਣ ਵਾਸਤੇ। ਮੈਂ ਆਪਣੇ ਹੁਣ ਜਿੱਥੇ ਮੇਰੇ ਸਹੁਰੇ ਨੇ ਉੱਥੇ ਵੀ ਲੈ ਕੇ ਗਿਆ, ਉਹਨਾਂ ਬਹੁਤ ਵੈਲਕਮ ਕੀਤਾ, ਇੱਦਾਂ ਮੇਰੇ ਹੁਣ ਵਾਲੀ ਵਾਈਫ ਦੇ ਜਿਹੜੇ ਪੇਕੇ ਨੇ ਉਹਨਾਂ ਬਹੁਤ ਵੈਲਕਮ ਕੀਤਾ, ਮੇਰੇ ਦੋ ਸਾਲੇ ਨੇ ਉਹਨਾਂ ਨਾਲ ਇੰਨਾ ਕੁ ਜ਼ਿਆਦਾ ਉਹਨਾਂ ਇਹਦੇ ਨਾਲ ਪਿਆਰ ਕੀਤਾ ਵੀ ਉਹਨਾਂ ਵੀ ਸਾਡਾ ਆਪਣਾ ਹੀ ਆ, ਆਪਣਾ ਖੂਨ ਆ, ਇੰਨਾ ਜ਼ਿਆਦਾ ਇਹਨੇ ਪਿਆਰ ਲਿਆ, ਉਨੀਆਂ ਪਿਆਰ ਇੱਕ ਦਿਨ 'ਚ ਹੀ ਲੈ ਗਿਆ। ਹਾਂਜੀ, ਇੱਕ ਦਿਨ 'ਚ ਲੈ ਗਿਆ। ਤਿਆਰੀ ਇਹਦੀ ਅਤੇ ਕਿੱਦਾਂ ਜਿੰਨਾ ਯਾਦ ਕਰਾਓ ਜਦੋਂ ਜਾਣਾ ਉਹ ਮੈਂ ਦੇਣ 'ਤੇ ਜਲਦੀ ਜਲਦੀ ਲੰਘੀ ਜਾਂਦੇ ਸੋਚ, ਨਹੀਂ ਨੀਂਦ ਆਉਂਦੀ ਮੈਨੂੰ, ਆਪ ਸੋਚ ਇਹੀ ਹੁੰਦੀ ਹੈ, ਬਟ ਫਿਰ ਦਿਲ ਨੂੰ ਤਸੱਲੀ ਹੁੰਦੀ ਹੈ ਵੀ ਹੁਣ ਸਾਡੇ ਕੋਲ ਕੰਟੈਕਟ ਤਾਂ ਹੈਗਾ ਨਾ, ਹੁਣ ਸਾਨੂੰ ਕੋਈ ਟੈਨਸ਼ਨ ਨਹੀਂ, ਇਹਦਾ ਨੰਬਰ ਆ, ਸਭ ਕੁਛ ਆ, ਆਪਾਂ ਇਹਨੂੰ ਮਿਲ ਸਕਦੇ ਜਦੋਂ ਮਰਜ਼ੀ, ਜਾ ਵੀ ਸਕਦੇ ਹਾਂ ਆਪਾਂ, ਮਿਲ ਵੀ ਸਕਦੇ, ਜੇ ਨਾ ਵੀ ਹੋ ਆਪਾਂ ਉੱਥੇ ਜਾ ਕੇ ਮਿਲ ਸਕਦੇ ਹਾਂ, ਕੋਈ ਗੱਲ ਨਹੀਂ। ਵਿਆਹ ਵਿਊ ਤੁਹਾਡੇ ਇੱਥੇ ਕੋਈ ਹੋਊਗਾ, ਬੁਲਾਓਗੇ ਇਹਨੂੰ ਕੋਈ ਪ੍ਰੋਗਰਾਮ 'ਤੇ? ਦੇ ਵਾਂਟ ਟੂ ਨੋ ਵੈਨ ਵੈਡਿੰਗ ਸੀਜ਼ਨ ਇਜ਼ ਕਮਿੰਗ ਸੂਨ ਇਨ ਵਿੰਟਰਸ ਇਨ ਇੰਡੀਆ, ਇਫ ਵੀ ਹੈਵ ਸਮ ਰਿਲੇਟਿਵਸ ਮੈਰਿਜ, ਵਿਲ ਯੂ ਕਮ, ਵਾਂਟ ਟੂ ਸੀ ਦਾ ਮੈਰਿਜ? If somebody getting married in our relatives, ਇਹ 19 ਸਾਲ ਬਾਅਦ ਪਿਆਰ ਮਿਲਿਆ ਅਤੇ ਕਹਾਣੀ ਵੀ ਸੱਚ ਹੋ ਗਈ, ਏਅਰਪੋਰਟ ਤੋਂ ਪਿਆਰ ਚਾਲੂ ਹੋਇਆ ਪਲੇਨ ਦੇ ਵਿੱਚ, ਅਤੇ ਉਸ ਤੋਂ ਬਾਅਦ ਕਈ ਅਰਚਨਾ ਪਈਆਂ। ਜਪਾਨ ਦੇ ਵਿੱਚ ਕਾਨੂੰਨ ਬਹੁਤ ਸਖਤ ਹੈਗੇ ਨੇ, ਉਸ ਨੂੰ ਲੈ ਕੇ ਫਿਰ ਸੁਖਪਾਲ ਪੰਜਾਬ ਦੇ ਵਿੱਚ ਆ ਜਾਂਦਾ, ਅਤੇ ਫਿਰ 19 ਸਾਲਾਂ ਬਾਅਦ ਜਦੋਂ ਪੁੱਤ ਮਿਲਦਾ ਅਤੇ ਪਿਓ ਦੀਆਂ ਅੱਖਾਂ ਭਰ ਆਉਂਦੀਆਂ, ਪਰ ਹੁਣ ਵੀ ਦਿਲ ਡਰਦਾ ਪਿਆ ਜਦੋਂ ਉਸਨੇ ਜਾਣਾ ਕਿ 19 ਸਾਲ ਬਾਅਦ। ਬੜਾ ਇੰਤਜ਼ਾਰ ਕੀਤਾ, ਬੜੀ ਲੱਭਣ ਦੀ ਕੋਸ਼ਿਸ਼ ਕੀਤੀ ਗਈ, ਪਰ ਕੁਦਰਤ ਨੂੰ ਕੁਛ ਹੋਰ ਹੀ ਸੀ ਰੰਗ। ਪਰ ਕਹਿ ਸਕਦਾ ਗੁਰੂ ਰਾਮਦਾਸ ਦੇ ਅੱਗੇ ਅਰਦਾਸਾਂ ਕੀਤੀਆਂ ਅਤੇ ਅਰਦਾਸਾਂ ਕਬੂਲ ਹੁੰਦੀਆਂ ਨਜ਼ਰ ਵੀ ਆਈਆਂ। ਕੈਮਰਾਮੈਨ ਮਨੋਜ ਦੇ ਨਾਲ ਮਨਜਿੰਦਰ ਸਿੰਘ, ਲਿਵਿੰਗ ਇੰਡੀਆ ਨਿਊਜ਼, ਅੰਮ੍ਰਿਤਸਰ।